ਸਾਹਿਬ ਦੀ ਧਰਤੀ ਤੇ। ਹੁਣ ਇਹਨੂੰ ਇਹਨੂੰ ਕੰਪੈਰੀਜ਼ਨ ਕਰਿਓ। ਨਿਸ਼ਾਨ ਸਾਹਿਬ ਦਾ ਕੀ ਮਤਲਬ ਹੈ ਜੀ? ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ, ਸਰੂਪ ਤਾਂ ਲੋਕਾਂ ਨੇ ਘਰਾਂ 'ਚ ਵੀ ਰੱਖੇ ਹੋਏ, ਬਹੁਤ ਲੋਕਾਂ ਨੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ, ਪਰ ਘਰ 'ਚ ਸਰੂਪ ਰੱਖਣ ਨੂੰ ਅਸੀਂ ਗੁਰਦੁਆਰਾ ਥੋੜ੍ਹਾ ਕਹਿੰਦੇ। ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ, ਪਹਿਲੀ ਵੀ ਹਰੀ ਜਿੱਤਾ ਰੱਖੀ, ਪਹਿਲਾ ਹੈ ਮਹਾਰਾਜ ਦਾ ਪ੍ਰਕਾਸ਼, ਦੂਜੀ ਹੈ ਇੱਥੇ ਕੋਈ ਵੀ ਆ ਸਕਦਾ, ਇੱਥੇ ਕੋਈ ਹਿੰਦੂ ਵੀਰ ਵੀ ਆ ਸਕਦਾ, ਮੁਸਲਮਾਨ ਵੀ ਆ ਸਕਦਾ, ਕੋਈ ਦੂਜੇ ਮਹੱਲੇ ਦਾ ਵੀ ਆ ਸਕਦਾ, ਕੋਈ ਪੰਜਾਬ ਤੋਂ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੈ ਉਹ ਵੀ ਆ ਸਕਦਾ, ਕੋਈ ਮਹਾਰਾਸ਼ਟਰ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੈ ਉਹ ਵੀ ਆ ਸਕਦਾ, ਤੁਸੀਂ ਰੋਕ ਥੋੜ੍ਹਾ ਸਕਦੇ। ਪਰ ਜੇ ਕਿਸੇ ਦੇ ਘਰ ਵਿੱਚ ਸਮਾਗਮ ਹੋ ਰਿਹਾ ਤੇ ਜਾਣ ਲੱਗਿਆ ਬੰਦਾ 100 ਵਾਰ ਸੋਚੇਗਾ ਪਤਾ ਨਹੀਂ ਮੇਰੀ ਕਿਹੜੀ ਉੱਥੇ ਕੋਈ ਜਾਣ ਪਛਾਣ ਆ, ਮੈਨੂੰ ਪਤਾ ਨਹੀਂ ਅਗਲਿਆਂ ਨੇ ਘਰ ਆਉਣ ਦੇਣਾ ਕਿ। ਬੋਲੋ ਜੀ, ਇਹ ਸੰਗਤ ਹੋ ਗਈ ਨਾ, ਇੱਥੇ ਕੋਈ ਵੀ ਆ ਸਕਦਾ। ਪਹਿਲਾ ਹੈ ਪ੍ਰਕਾਸ਼, ਦੂਜੀ ਹੈ ਸੰਗਤ, ਤੀਜੀ ਹੈ ਜਿਹੜਾ ਤੁਸੀਂ ਬਾਅਦ ਵਿੱਚ ਲੰਗਰ ਛਕਣਾ ਪੰਗਤ, ਤਿੰਨ ਹੋ ਗਈਆਂ। ਚੌਥਾ ਹੈ ਨਗਾਰਾ, ਨਗਾਰਾ ਮਤਲਬ ਹੁੰਦਾ ਸੀ ਵੀ ਨਗਾਰੇ ਦਾ ਮਤਲਬ ਹੁੰਦਾ ਸੀ ਵੀ ਜੇ ਕੋਈ ਦੂਰ ਦੁਰਾਡੇ ਕੋਈ ਭੁੱਖਾ, ਨਗਾਰਾ ਇੱਕ ਤੇ ਜੰਗਾਂ ਵੇਲੇ ਵੱਜਦਾ ਰਿਹਾ, ਜਦੋਂ 1680 'ਚ ਰਣਜੀਤ ਨਗਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਥਾਪਿਤ ਕੀਤਾ, ਸ਼ੇਰੇ ਪੰਜਾਬ ਦੇ ਮਹਾਰਾਜ ਰਣਜੀਤ ਸਿੰਘ ਦੇ ਵੇਲੇ ਵੀ ਨਗਾਰਾ ਵੱਜਦਾ ਹੁੰਦਾ ਸੀ। ਉਹ ਨਗਾਰਾ ਕੀ ਨਿਸ਼ਾਨੀ ਸੀ ਵੀ ਜ਼ੋਰ ਨਾਲ ਨਗਾਰਾ ਵਜਾਉਣਾ ਵੀ ਜੇ ਕੋਈ ਭੁੱਖਾ ਹੈ ਦੂਰ ਦੂਰ ਤੱਕ ਆਵਾਜ਼ ਸੁਣਦਾ ਤੇ ਪ੍ਰਸ਼ਾਦਾ ਛਕ ਲਿਆਉਣਗੇ। ਇੱਕ ਤੇ ਜੰਗਾਂ ਯੁੱਧਾਂ ਲਈ ਚੜ੍ਹਨਾ ਤੇ ਨਗਾਰਾ ਵਜਣਾ, ਇੱਕ ਜੇ ਕੋਈ ਭੁੱਖਾ ਤੇ ਉਹ ਆ ਜਾਏ, ਨਗਾਰਾ ਹੋ ਗਿਆ। ਚਾਰ, ਪੰਜਵਾਂ ਹੈ ਨਿਸ਼ਾਨ ਸਾਹਿਬ। ਹੁਣ ਜਿੱਥੇ ਇਹਨਾਂ ਪੰਜਾਂ ਚੋਂ ਇੱਕ ਚੀਜ਼ ਵੀ ਹੈ ਨਹੀਂ, ਸਮਝ ਲਓ ਗੁਰਦੁਆਰਾ ਹੈ। ਸਮਝ ਆ ਗਈ, ਸਮਝ ਲਓ ਗੁਰਦੁਆਰਾ ਹੈ। ਇਹ ਪੰਜੇ ਚੀਜ਼ਾਂ ਹੋਣੀਆਂ ਚਾਹੀਦੀਆਂ, ਮਹਾਰਾਜ ਦਾ ਪ੍ਰਕਾਸ਼, ਸੰਗਤ, ਪੰਗਤ, ਨਗਾਰਾ ਤੇ ਨਿਸ਼ਾਨ ਸਾਹਿਬ। ਅੱਛਾ, ਨਿਸ਼ਾਨ ਸਾਹਿਬ ਦਾ ਕੀ ਅਰਥ ਹੈ? ਮਨ ਲਓ ਆ ਕਾਨਪੁਰ, ਇੱਥੇ ਕੋਈ ਬੰਦਾ ਦੂਜੇ ਸਟੇਟ ਚੋਂ ਆਇਆ, ਉਹਦਾ ਕੋਈ ਰਿਸ਼ਤੇਦਾਰ ਨਹੀਂ ਸ਼ਹਿਰ 'ਚ ਹੈਗਾ, ਸ਼ਾਮਾਂ ਪੈ ਗਈਆਂ, ਉਹਦੇ ਕੋਲ ਪੈਸੇ ਵੀ ਇੰਨੇ ਹੈ ਨਹੀਂ ਵੀ ਹੋਟਲ ਜਾ ਚੱਲੇ। ਉਹ ਟੈਕਸੀ ਵਾਲੇ ਨੂੰ ਕਹਿੰਦਾ, ਆਟੋ ਵਾਲੇ ਨੂੰ ਕਹਿੰਦਾ, ਰਿਕਸ਼ੇ ਨੂੰ ਕਹਿੰਦਾ ਵੀ ਇੱਥੇ ਕੋਈ ਗੁਰਦੁਆਰਾ ਹੈਗਾ, ਤੇ ਉਹ ਉਹਨੂੰ ਕਹਿੰਦਾ ਹਾਂ, ਆਟੋ ਵਾਲਾ ਕਹਿੰਦਾ ਹਾਂ ਮੈਂ ਵੇਖਿਆ, ਮੈਂ ਕਈ ਵਾਰੀ ਲੰਘਿਆ ਉਦੋਂ ਉੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ, ਪਤਾ ਮੈਨੂੰ, ਮੈਂ ਤੈਨੂੰ ਲੈ ਚੱਲਦਾ ਗੁਰਦੁਆਰੇ ਸਾਹਿਬ। ਉਹਨੇ ਲਿਆ ਕੇ ਸਵਾਰੀ ਨੂੰ ਲਾਹ ਦਿੱਤਾ, ਸਵਾਰੀ ਆ ਗਈ ਗੁਰਦੁਆਰੇ, ਪਰਿਵਾਰ ਸੀ ਉਹਦਾ ਨਾਲ, ਉਹਦੇ ਬੱਚੇ ਸੀ। ਆਣ ਕੇ ਉਹਨੇ ਭਾਈ ਸਾਹਿਬ ਨੂੰ, ਪ੍ਰਬੰਧਕ ਕਮੇਟੀ ਨੂੰ ਕਿਹਾ, ਜੀ ਅਸੀਂ ਆਪਣੇ ਬੱਚਿਆਂ ਨਾਲ ਆਏ ਹਾਂ, ਹਨੇਰਾ ਹੋ ਗਿਆ ਸਾਨੂੰ, ਇੱਥੇ ਕੋਈ ਕੰਮ ਸੀ ਸਾਨੂੰ, ਸਾਨੂੰ ਰਾਤ ਰਹਿਣ ਲਈ ਕਮਰਾ ਮਿਲ ਜੂਗਾ? ਤੇ ਸਿਆਣੇ ਪ੍ਰਬੰਧਕਾਂ ਨੇ, ਭਾਈ ਸਾਹਿਬ ਨੇ ਕਿਹਾ, ਜ਼ਰੂਰ ਮਿਲੇਗਾ ਜੀ, ਪ੍ਰਸ਼ਾਦਾ, ਕਦੇ ਪ੍ਰਸ਼ਾਦਾ ਵੀ ਤਿਆਰ ਮਿਲੇਗਾ, ਤੁਹਾਨੂੰ ਪ੍ਰਸ਼ਾਦਾ ਵੀ ਛਕਾਤਾ, ਰਾਤ ਰਹਿਣ ਲਈ ਕਮਰਾ ਵੀ ਦੇਤਾ। ਰਾਤ ਉਹਨਾਂ ਚੋਂ ਇੱਕ ਪਰਿਵਾਰ ਦਾ ਜੀ ਢਿੱਲਾ ਹੋ ਗਿਆ, ਬਿਮਾਰ ਹੋ ਗਿਆ, ਕਹਿੰਦੇ ਜੀ ਬੁਖਾਰ ਹੋ ਗਿਆ, ਕੋਈ ਮੈਡੀਸਿਨ ਹੈਗੀ? ਕਹਿੰਦੇ ਮੈਡੀਸਿਨ ਵੀ ਹੈਗੀ, ਸਾਡੇ ਕੋਲ ਪ੍ਰਬੰਧ ਹੈਗਾ ਜੀ, ਨਾਲ ਮੈਡੀਸਿਨ ਵੀ ਦੇਤੀ। ਸਵੇਰੇ ਉੱਠ ਕੇ ਉਹਨਾਂ ਇਸ਼ਨਾਨ ਪਾਣੀ ਕੀਤਾ, ਪ੍ਰਸ਼ਾਦਾ ਪਾਣੀ, ਫਿਰ ਤਿਆਰ ਚੱਕ ਕੇ ਚਲੇ ਗਏ। ਨਿਸ਼ਾਨ ਸਾਹਿਬ ਨੇ ਆਪਣਾ ਕੰਮ ਕਰਤਾ, ਦੂਰ ਦੂਰ ਤੱਕ ਮਜ਼ਬੂਤ ਨਹੀਂ ਦੇਖਿਆ। ਇਹ ਮੈਂ ਘਟਨਾ ਸੁਣਾਉਣ ਲੱਗਾ ਦਿੱਲੀ ਦੀ, ਕਿਸਾਨੀ ਅੰਦੋਲਨ ਦੇ ਵੇਲੇ ਸਾਡੇ ਕੋਲ ਉੱਥੇ ਇੱਕ ਹਿੰਦੂ ਪਰਿਵਾਰ ਦੀ ਲੜਕੀ ਡਾਕਟਰ ਸੀ, ਉਹ ਸੇਵਾ ਕਰਨ ਆਉਂਦੀ ਹੁੰਦੀ ਸੀ, ਤੇ ਕਈ ਵਾਰੀ ਸਾਨੂੰ ਛੱਡਣ ਜਾਣਾ ਪੈਣਾ ਉਸ ਭੈਣ ਨੂੰ, ਤੇ ਉਹਦਾ ਪਿਤਾ ਬੜਾ ਨੇਕ ਸੀ, ਉਹਦੇ ਪਿਤਾ ਦੀ ਸ਼ਬਦ ਬੜੇ ਕਮਾਲ ਦੇ ਸੀ। ਜਦੋਂ ਅਸੀਂ ਛੱਡਣ ਜਾਣਾ ਨਾ ਕਈ ਵਾਰੀ,
ਤੇ ਅਸੀਂ ਕਹਿਣਾ ਜੀ ਤੁਹਾਡਾ ਧੰਨਵਾਦ, ਤੁਸੀਂ ਆਪਣੀ ਧੀ ਨੂੰ ਉਸ ਅੰਦੋਲਨ ਚ ਭੇਜ ਰਹੇ ਜੇ ਜਿੱਥੇ ਸਿਰਫ ਮਰਦ ਨੇ, ਬੀਬੀਆਂ ਤੇ ਘੱਟ ਹੀ ਸਨ, ਤੇ ਸੇਵਾ ਲਈ ਭੇਜ ਰਿਹਾ ਜੇ ਬੜੀ ਵੱਡੀ ਗੱਲ ਹੈ। ਤੇ ਪਤਾ ਉਸ ਬਾਪੂ ਨੇ ਸ਼ਬਦ ਕੀ ਬੋਲੇ ਉਸ ਲੜਕੀ ਦੇ ਪਿਤਾ ਨੇ? ਕਹਿੰਦਾ ਮੈਂ ਕਿਸਾਨਾਂ ਚੋਂ ਤੁਹਾਡੇ ਵਿੱਚੋਂ ਗੁਰੂ ਨਾਨਕ ਸਾਹਿਬ ਵੇਖਦਾ, ਮੈਂ ਆਪਣੀ ਧੀ ਨੂੰ ਇਸ ਕਰਕੇ ਭੇਜਦਾ ਵੀ ਮੈਨੂੰ ਤੁਹਾਡੇ ਸਾਰਿਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਿਸਦੀ ਹੈ। ਉਹ ਪੜ੍ਹਿਆ ਲਿਖਿਆ ਪਰਿਵਾਰ ਸੀ, ਜਦੋਂ ਅਸੀਂ ਉਸ ਪਿਤਾ ਦੇ ਕੋਲ ਬੈਠੇ ਉਹਨੇ ਗੱਲ ਬੜੀ ਕਮਾਲ ਦੀ ਸੁਣਾਈ, ਧਿਆਨ ਨਾਲ ਸੁਣਿਓ। ਉਹ ਕਹਿੰਦੇ ਜੀ ਸਾਡਾ ਨਾ ਇੱਥੇ ਇੱਕ ਗੁਆਂਢੀ ਪਰਿਵਾਰ ਸੀ, ਉਹ ਕਿਤੇ ਧਾਰਮਿਕ ਸਥਾਨ ਤੇ ਘੁੰਮਣ ਚਲਾ ਗਿਆ, ਉਹਨਾਂ ਨੇ 50,000 ਰੁਪਏ ਦੀ ਕਿਸੇ ਧਾਰਮਿਕ ਸਥਾਨ ਜਾਣੀ ਕਿ ਮੰਦਿਰ 'ਚ ਰਸੀਦ ਕਟਾਈ। ਜਦੋਂ ਰਸੀਦ ਕਟਾ ਕੇ ਤੇ ਉਹ ਪਰਿਵਾਰ ਕਹਿਣ ਲੱਗਾ ਜੀ ਸਾਨੂੰ ਰਾਤ ਰਹਿਣ ਲਈ ਕਮਰਾ ਦਿਓ, ਕਹਿੰਦੇ ਉੱਥੋਂ ਦੇ ਮੰਦਿਰ ਦੇ ਸੰਚਾਲਕਾਂ ਨੇ ਕਹਿਤਾ ਵੀ ਇੱਥੇ ਰਾਤ ਰਹਿਣ ਲਈ ਸਾਡੇ ਕੋਲ ਪ੍ਰਬੰਧ ਹੈ ਨਹੀਂ। ਕਹਿੰਦੇ ਉਹਨਾਂ ਕਹਿ ਜੀ ਪ੍ਰਸ਼ਾਦਾ ਛਕਾ ਦਿਓ, ਕਹਿੰਦੇ ਪ੍ਰਸ਼ਾਦ ਦਾ ਵੀ ਸਾਡੇ ਕੋਲ ਪ੍ਰਬੰਧ ਹੈ ਨਹੀਂ। ਕਹਿੰਦੇ ਉਹਨਾਂ ਕਹਿੰਦੇ ਹੁਣ ਕਰੀਏ ਕੀ? ਕਹਿੰਦੇ ਬਾਹਰੋਂ ਸਾਨੂੰ ਕਹਿੰਦੇ ਆਖਿਆ ਵੀ ਇੱਥੇ ਲਾਗੇ ਗੁਰਦੁਆਰਾ ਹੈਗਾ, ਉੱਥੇ ਚਲੇ ਜਾਓ। ਕਹਿੰਦੇ ਅਸੀਂ ਥੋੜ੍ਹੀ ਦੂਰ ਜਾ ਕੇ ਤੇ ਉੱਥੇ ਪਤਾ ਕੀਤਾ ਤੇ ਗੁਰਦੁਆਰੇ ਗਏ ਤੇ ਅਸੀਂ ਜਾ ਕੇ ਪੁੱਛਿਆ ਜੀ ਇੱਥੇ ਸਾਨੂੰ ਰਾਤ ਰਹਿਣ ਲਈ ਕਮਰਾ ਮਿਲ ਜੂ? ਕਹਿੰਦੇ ਹਾਂਜੀ। ਕਿੰਨੇ ਜੀ? ਉਹ 5 ਜੀ। ਕਹਿੰਦੇ ਉਹਨਾਂ ਸਾਨੂੰ 2-3 ਕਮਰੇ ਖੋਲ੍ਹਤੇ, ਪ੍ਰਸ਼ਾਦਾ ਛਕਾਇਆ, ਰਾਤ ਰਹੇ, ਸਵੇਰੇ ਫਿਰ ਪ੍ਰਸ਼ਾਦਾ ਛਕਾ ਕੇ ਤੁਰੇ ਤੇ ਸਾਡੇ ਬੱਚੇ ਜਾਣ ਲੱਗਿਆਂ ਸਾਨੂੰ ਕਹਿੰਦੇ ਕਹਿੰਦੇ ਪਿਤਾ ਜੀ ਜਿੱਥੇ 50,000 ਦੀ ਰਸੀਦ ਕਟਾਈ ਨਾ ਉੱਥੇ ਰਾਤ ਰਹਿਣ ਲਈ ਕਮਰਾ ਮਿਲਿਆ। ਸਾਸਤਰ ਜੀ ਤਾਰੀਫ ਹੋ ਆਉਂਦੀ ਜਿਹੜੀ ਤੁਹਾਡਾ ਦੁਸ਼ਮਣ ਕਰੇ, ਵਿਰੋਧੀ ਕਰੇ, ਆਪਣੇ ਦੇ ਸਾਰੇ ਕਰ ਜਾਂਦੇ ਨੇ। ਆਹ ਗੱਲਾਂ ਦੱਸਣ ਦੀ ਲੋੜ ਹੈ ਕਿ ਸਿੱਖਾਂ ਦਾ ਕਰਤਾਰ ਤੇ ਕਰੈਕਟਰ ਕੀ? ਅੱਜ ਵੀ ਹੈਗੇ ਨੇ ਇੱਦਾਂ ਦੇ ਗੁਰਦੁਆਰੇ ਦੇ ਪ੍ਰਬੰਧ ਜਿੱਥੇ ਆਏ ਗਏ ਦੀ ਸੇਵਾ ਜਾਤ ਮਜ਼ਹਬ ਵੇਖ ਕੇ ਨਹੀਂ ਕੀਤੀ ਜਾਂਦੀ, ਇੱਕ ਇਨਸਾਨ ਵੇਖ ਕੇ ਕੀਤੀ ਜਾਂਦੀ। ਜਦੋਂ ਉਹਨੂੰ ਪ੍ਰਸ਼ਾਦਾ ਛਕਾਇਆ ਗਿਆ, ਸਾਨੂੰ ਪ੍ਰਸ਼ਾਦਾ ਛਕਾਇਆ ਜਿੱਥੇ ਸਿੱਖਾਂ ਨੇ ਇਹ ਵੀ ਨਹੀਂ ਕਿਹਾ ਕਿ ਸਾਨੂੰ 1 ਰੁਪਇਆ ਗੋਲਕ ਵਿੱਚ ਪਾਓ, ਸਾਨੂੰ ਇਹ ਵੀ ਨਹੀਂ ਕਿਹਾ ਇੰਨੀ ਰਸੀਦ ਕਟਾਓ, ਰਾਤ ਰਹਿਣ ਲਈ ਕਮਰਾ ਵੀ ਦਿੱਤਾ, ਨਾਲ ਸਾਨੂੰ ਪ੍ਰਸ਼ਾਦਾ ਵੀ ਛਕਾਇਆ, ਸਵੇਰੇ ਉੱਠ ਕੇ ਸਾਨੂੰ ਬੜੇ ਪਿਆਰ ਨਾਲ ਫਿਰ ਨਾਸ਼ਤਾ ਤਿਆਰ ਕਰਕੇ ਛਕਾਇਆ। ਪਿਤਾ ਜੀ ਅਸੀਂ ਚਾਹੁੰਦੇ ਹਾਂ ਇਸ ਕੌਮ ਦੀ ਵਿਚਾਰਧਾਰਾ ਪੂਰੀ ਦੁਨੀਆਂ ਤੇ ਫੈਲਣੀ ਚਾਹੀਦੀ ਹੈ। ਇਹ ਹਿੰਦੂ ਪਰਿਵਾਰ ਦੇ ਬੱਚਿਆਂ ਦੀ ਸ਼ਬਦਾਵਲੀ ਹੈ ਤੇ ਉਹਨਾਂ ਦੀ ਸੋਚ ਹੈ। ਪ੍ਰਚਾਰ ਨਾ ਕਈ ਵਾਰੀ ਤੁਹਾਡੇ ਪਿਆਰ ਨਾਲ ਵੀ ਹੋ ਜਾਂਦਾ, ਤੁਸੀਂ ਸਮਾਜ ਵਿੱਚ ਚੰਗਾ ਕੰਮ ਕਰੋ, ਤੁਹਾਨੂੰ ਮੂੰਹੋਂ ਬੋਲਣ ਦੀ ਲੋੜ ਨਹੀਂ, ਤੁਹਾਡਾ ਵਰਤੋਂ ਵਿਹਾਰ ਰਹਿਣ ਸਹਿਣ। ਹੁਣ ਜਿਹੜਾ ਕੰਮ ਕਦੀ ਗੁਰੂ ਹਰਿ ਪਾਤਸ਼ਾਹ ਮਹਾਰਾਜ ਨੇ ਕੀਤਾ, ਅੱਜ ਵੀ ਸਾਨੂੰ ਹਰ ਗੁਰਦੁਆਰੇ ਦੇ ਵਿੱਚ ਨਿੱਕੀ ਤੋਂ ਨਿੱਕੀ ਡਿਸਪੈਂਸਰੀ ਹੋਸਪਿਟਲ ਚਾਹੀਦੀ ਹੈ ਸਾਨੂੰ। ਮੈਂ ਬੇਨਤੀ ਕਰਦਾ ਹੁੰਦਾ, ਚਲੋ ਤੁਸੀਂ ਤੇ ਬਹੁਤ ਵਧੀਆ ਸ਼ਹਿਰ ਵਿੱਚ ਬੈਠੇ ਜੀ, ਮੈਂ ਪੰਜਾਬ ਦੇ ਕਈ ਵਾਰੀ ਪਿੰਡਾਂ ਦੀਆਂ ਉਦਾਹਰਣਾਂ ਦਿੰਦਾ ਹੁੰਦਾ ਕਿ ਜਿਹੜੇ ਰਿਟਾਇਰ ਹੋ ਚੁੱਕੇ ਡਾਕਟਰ ਨੇ ਨਾ, ਉਹ ਆਪ ਹੀ ਆਪ ਆਪਣੇ ਇਲਾਕਿਆਂ ਜਾ ਕੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹਿਣ ਕਿ ਮੈਂ ਹਫ਼ਤੇ 'ਚ 2 ਦਿਨ ਤੁਹਾਡੇ ਗੁਰਦੁਆਰੇ 'ਚ ਆਣ ਕੇ ਬੈਠਿਆ ਕਰਾਂਗਾ, ਮੈਨੂੰ ਦਵਾਈ ਦਾ ਪ੍ਰਬੰਧ ਤੁਸੀਂ ਗੁਰੂ ਦੀ ਗੋਲਕ ਵਿੱਚੋਂ ਕਰ ਦਿਓ, ਪਰਚੀ ਲਾ ਦਿਓ 5 ਰੁਪਈਏ 10 ਰੁਪਈਏ ਪਰਚੀ ਲਾ ਦਿਓ, ਮੈਂ ਹਫ਼ਤੇ 2 ਦਿਨ ਚੈੱਕ ਕਰਾਂਗਾ। ਨਿੱਕੇ ਨਿੱਕੇ ਬੁਖਾਰ, ਨਿੱਕੀਆਂ ਨਿੱਕੀਆਂ ਬਿਮਾਰੀਆਂ ਜਦੋਂ ਵਿਗੜ ਜਾਂਦੀਆਂ ਨੇ ਨਾ, ਸਾਧ ਸੰਗਤ ਜੀ ਵੱਡੇ ਵੱਡੇ ਹੋਸਪਿਟਲਾਂ ਵਿੱਚ ਬੰਦੇ ਦਾ ਜਲੂਸ ਨਿਕਲ ਜਾਂਦਾ, ਉਹਦੇ ਕੋਲੋਂ ਆਪਣੇ ਪਰਿਵਾਰਾਂ ਦੇ ਜੀਆਂ ਦਾ ਇਲਾਜ ਨਹੀਂ ਕਰਵਾਇਆ ਜਾਂਦਾ। ਮਾਫ਼ ਕਰਨਾ, ਕੁਝ ਹੋਸਪਿਟਲਾਂ ਨੂੰ ਛੱਡ ਕੇ, ਕੁਝ ਡਾਕਟਰਾਂ ਨੂੰ ਛੱਡ ਕੇ ਕਸਾਈ ਲੋਕ ਬੈਠੇ ਨੇ ਮਰੇ ਬੰਦੇ ਨੂੰ ਆਕਸੀਜਨ ਦੇ ਕੇ ਵੈਂਟੀਲੇਟਰ ਤੇ ਪਾ ਕੇ ਬਿੱਲ ਬਣਾਉਣ ਦਿਆਂ ਮਾਰਿਆਂ ਇਹ ਕਿਹਾ ਉਹ ਤੇ ਬਗਾ ਲਈਏ, ਉਹਦਾ ਪਲੇਨ ਦਾ ਖਰਚਾ ਆਉਣਾ, ਮਾਰੀ ਦਾ ਬੰਦਾ ਕੀ ਨਹੀਂ ਕਰਦਾ। ਇੱਥੇ ਇਹੋ ਜਿਹਾ ਸਿਸਟਮ ਹੈ, ਜਿੱਥੇ ਬੰਦਾ ਰਾਤ 8 ਵਜੇ ਪੂਰਾ ਹੋ ਚੁੱਕਿਆ, ਸਵੇਰ ਦੇ 10 ਵਜੇ ਤੱਕ ਨਕਲੀ ਸਾਹ ਦੇ ਕੇ ਉਹਨੂੰ
ਬਿੱਲ ਬਣਾਉਣ ਦਿਆਂ ਮਾਰਿਆਂ ਇੱਦਾਂ ਦੇ ਕੰਮ ਕੀਤੇ ਜਾਂਦੇ ਨੇ। ਤੋ ਇਸ ਕਰਕੇ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਗੱਲ ਕੀਤੀ ਸੀ, ਚੰਗਾ ਬੀਜ ਬੀਜੋ, ਚੰਗੇ ਵਿਚਾਰ ਸਮਾਜ ਵਿੱਚ ਦੇਣ ਦੀ ਲੋੜ ਹੈ, ਸਾਨੂੰ ਅੱਗੇ ਆਉਣ ਦੀ ਲੋੜ ਹੈ। ਵੀ ਪਾਤਸ਼ਾਹ ਨੇ ਜੋ ਬੀਜ ਬੀਜਿਆ ਸੀ ਉਹ ਬੜਾ ਨੇਕ ਸੀ ਤੇ ਬੜਾ ਚੰਗਾ ਕਰਮ ਸੀ। ਹੁਣ ਜਦੋਂ ਦਾਰਾ ਸ਼ਿਕੋਹ ਵਾਸਤੇ ਪ੍ਰਬੰਧ ਕੀਤਾ ਗਿਆ, ਜਦੋਂ ਪ੍ਰਬੰਧ ਕਰਕੇ ਦਾਰਾ ਸ਼ਿਕੋਹ ਠੀਕ ਹੋ ਗਿਆ, ਤੁਸੀਂ ਹੈਰਾਨ ਹੋਵੋਗੇ, ਦਾਰਾ ਸ਼ਿਕੋਹ ਆਪਣੇ ਪੂਰੇ ਵਫਦ ਨਾਲ ਗੁਰੂ ਹਰ ਰਾਇ ਪਾਤਸ਼ਾਹ ਦਾ ਧੰਨਵਾਦ ਕਰਨ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਹੁਣ ਮਨ